ਕਰਮਜੀਤ ਸਿੰਘ ਇਹ ਜੀ ਸਾਡੇ ਕਜ਼ਨ ਨੇ, ਇਹਦਾ ਨਾਮ ਦਲੀਪ ਕੁਮਾਰ ਆ, ਘੰਟਾ ਡੇਢ ਘੰਟਾ ਹੋ ਗਿਆ। ਘਰ ਵਾਲਿਆਂ ਨੂੰ ਦੱਸ ਦਿੱਤਾ ਗਿਆ ਵਾ, ਘਰ ਵਾਲੇ ਉਹਨਾਂ ਦੇ ਕਜ਼ਨ ਵੀ ਆ ਚੁੱਕੇ ਆ, ਅਰਵਿੰਦ ਨਾਂ ਦਾ, ਉਹਦੇ ਤੋਂ ਸੱਟ ਸੁੱਟ ਲੈ ਕੇ ਪੈਰ ਹੱਥ ਤੈਨੂੰ ਟੁੱਟੇ, ਉਹਦੇ ਹਸਪਿਟਲ ਲੈ ਗਏ। ਇਹ ਵਿਚਾਰਾ ਘੰਟਾ ਡੇਢ ਹੋ ਗਿਆ, ਅਸੀਂ ਐਂਬੂਲੈਂਸ ਨੂੰ ਫੋਨ ਕਰੀ ਜਾਂਦੇ ਹਾਂ, ਕੋਈ ਨਹੀਂ ਆ ਰਿਹਾ ਇੱਥੇ। ਕੀ ਜਵਾਬ ਦਿੱਤਾ ਜਾ ਰਿਹਾ? ਸਾਡੇ ਕੋਲ ਅਜੇ ਟਾਈਮ ਨਹੀਂ ਹੈ ਜੀ, ਇਹ ਨਹੀਂ ਹੈ, ਕੋਈ ਸਪੋਰਟ ਨਹੀਂ ਕਰ ਰਿਹਾ, ਕੁਛ ਨਹੀਂ ਕਰ ਰਿਹਾ। ਬਸ ਹਲੇ ਵੀ ਭੱਜ ਗਏ, ਬਸ ਉੱਥੇ ਖੜਾ ਵਾ, ਉਹਦੀ ਚਾਬੀ ਅਸੀਂ ਕੱਢੀ ਹੋਈ ਹੈ, ਚਾਬੀ ਸਾਡੇ ਕੋਲ ਆ, ਨਾ ਤਾਂ ਕੋਈ ਸਰਾਬਰ ਥਾਣੇ ਵਾਲੇ ਹਜੇ ਤੱਕ ਨਹੀਂ ਪਹੁੰਚੇ, ਅਸੀਂ ਮੇਰੇ ਬ੍ਰਦਰ ਤੇ ਸਾਰੇ ਗਏ ਆ ਉੱਥੇ। ਗਲਤੀ ਕਿਹਦੀ ਲੱਗ ਰਹੀ ਤੁਹਾਨੂੰ? ਬੱਸ ਵਾਲੇ ਦੀ। ਦੇਖੋ ਜੀ, ਆਪਣੇ ਸਾਈਡ ਆ ਰਿਹਾ ਸੀ, ਉਹਨੇ ਓਵਰਟੇਕ ਕਰਨ ਦੇ ਚੱਕਰ ਤੇ ਸਿਰ ਤੇ ਚਾੜ ਪਹਿਲਾਂ ਉਹਨੇ ਡਿੱਗ ਗਿਆ, ਲੱਗ ਕੇ ਫਿਰ ਉਹਦੇ ਉੱਪਰ ਚੜ ਗਿਆ ਗੱਡੀ। ਬਸ ਬੱਸ ਦਾ ਅਗਲਾ ਮਤਲਬ ਜੋ ਵੀ ਟਾਇਰ ਚੜਿਆ ਉਹਦੇ ਉੱਪਰ ਚੜ ਗਿਆ ਹੈਲਮੇਟ ਤੇ, ਆਹ ਦੇਖੋ ਸਿਰ ਖੁੱਲ ਗਿਆ ਬੱਚੇ, ਉਹਨੇ ਛੋਟੇ ਛੋਟੇ 3 ਬੱਚੇ ਕੌਣ ਦੇਖੂਗਾ ਜੀ? ਅਗਲਾ ਦਿਹਾੜੀ ਕਰਦਾ ਸੀਗਾ ਬੇਚਾਰਾ, ਠੇਕੇਦਾਰ ਦੇ ਥਰੂ ਪੀ ਓ ਪੀ ਦਾ, ਹੁਣ ਇਹਦੇ ਬੱਚਿਆਂ ਦੇ ਕੌਣ ਦੇਖੂਗਾ? ਪੂਰੇ ਉਮਰ ਕੌਣ ਕੀ ਕਰੂਗਾ? ਇੰਨੇ ਇੰਨੇ ਬੱਚੇ ਆ, ਮੰਗ ਕੀ ਕਰਦੇ ਆ? ਹੁਣ ਆਉਣ ਬੱਸ ਵਾਲੇ ਗੱਲ ਕਰਨ, ਸਰ ਦੇਖਣ ਕੀ, ਅਸੀਂ ਦੇਖਾਂਗੇ ਉਹ ਮੰਗ ਕੀ ਆ, ਅਸੀਂ ਉਹਨੇ ਡਰਾਈਵਰ ਦੇ ਦੇਖਾਂਗੇ ਕੀ ਕਰਨਾ, ਕਾਰਵਾਈ ਕਰਾਵਾਂਗੇ ਜੀ ਚੰਗੀ ਤਰ੍ਹਾਂ। ਜਿੱਦਾਂ ਉਹਨੇ ਕੀਤਾ ਨਾ ਸਾਡੇ ਫੈਮਿਲੀ ਦਾ ਨੁਕਸਾਨ, ਅਸੀਂ ਵੀ ਕਰਾਂਗੇ। ਐਂਬੂਲੈਂਸ ਨਹੀਂ ਆ ਰਹੀ ਜੀ, ਬੱਸ ਵਾਲੇ ਵੀ, ਪੁਲਿਸ ਵਾਲੇ ਨੂੰ ਵੀ ਅਸੀਂ ਕਿੰਨੀ ਵਾਰੀ ਕਿਹਾ ਜੀ, ਉਹ ਵੀ ਨਹੀਂ ਸੁਣ ਰਹੇ। ਅਸੀਂ ਕਿਹਾ ਬੁਲਾਓ, ਆਹ ਦੇਖੋ ਆਹ ਇੱਦਾਂ ਹੋ ਰਿਹਾ ਇੱਥੇ।